ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਂ ਦਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਕਿਸਾਨੀ ਅੰਦੋਲਨ ਚੱਲਦੇ ਨੂੰ ਲੰਮਾ ਸਮਾਂ ਹੋ ਗਿਆ, ਬੀਜੇਪੀ ਸਰਕਾਰ ਨਾਲ ਹੁਣ ਗੱਲਬਾਤ ਤਾਂ ਬੇਸਿਕਰ ਹੀ 11 ਗੇੜ ਦੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਕਿਸਾਨੀ ਅੰਦੋਲਨ ਲਗਾਤਾਰ ਆਪਣੇ ਪੜਾਅ ਦਰ ਪੜਾਅ ਜਾਰੀ ਹੈ। ਪਰ ਇਸ ਦੌਰਾਨ ਕੁਝ ਲੋਕਾਂ ਵੱਲੋਂ ਜਾਂ ਕਹਿ ਸਕਦੇ ਹਾਂ ਜਾਂ ਫਿਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਸ਼ੁਰੂ ਤੋਂ ਹੀ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨਾਂ ਦੇ ਕਿਰਦਾਰ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਨੇ, ਕਈ ਵਾਰ ਕਿਸੇ ਹੋਰ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਕਿ ਕਿਸਾਨ ਗੱਲ ਕਰਨ ਦੇ ਉੱਤੇ ਯੋਗ ਨਹੀਂ। ਜਦੋਂ ਅੰਦੋਲਨ ਚੱਲਿਆ ਸੀ, ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਵੀ ਇਹ ਗੱਲਾਂ ਸ਼ੁਰੂ ਦੇ ਵਿੱਚ ਕਿਸਾਨ ਆਗੂਆਂ 'ਤੇ ਮੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਜੋ ਕਿਸਾਨੀ ਅੰਦੋਲਨ ਜਿਵੇਂ ਹੈਂਡਲ ਕੀਤਾ ਕਿਸਾਨ ਆਗੂਆਂ ਨੇ, ਉਹ ਸਭ ਆਪਣੇ ਸਾਹਮਣੇ ਹੈ। ਇਹਦੇ ਵਿੱਚੋਂ ਇਹ ਹੁੰਦਾ ਕਿ ਜਦੋਂ ਕੋਈ ਧਿਰ ਜਾਂ ਫਿਰ ਕੁਝ ਲੋਕ ਜਾਂ ਫਿਰ ਸਰਕਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਆਮ ਲੋਕ ਹੁੰਦੇ ਨੇ ਉਹ ਸ਼ਸ਼ੋਪੰਜ ਦੇ ਵਿੱਚ ਪੈ ਜਾਂਦੇ ਨੇ, ਉਹਨਾਂ ਨੂੰ ਫਿਰ ਸਹੀ ਅਤੇ ਗਲਤ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ। ਇਸੇ ਪਹਿਚਾਣ ਨੂੰ ਇਸੇ ਅੱਜ ਆਪਾਂ ਜਿਹੜੇ ਸ਼ੰਕਾਵਾਂ ਨੇ ਇਹਨਾਂ ਨੂੰ ਦੂਰ ਕਰਾਂਗੇ। ਕਿਸਾਨ ਆਗੂਆਂ ਦੇ ਕਿਰਦਾਰ ਬਾਰੇ ਗੱਲ ਕਰਾਂਗੇ, ਕਿਸਾਨ ਆਗੂਆਂ ਬਾਰੇ ਗੱਲ ਕਰਾਂਗੇ ਕਿ ਕਿਵੇਂ ਇਹਨਾਂ ਇਸ ਅੰਦੋਲਨ ਨੂੰ ਉਹਨਾਂ ਨੇ ਹੈਂਡਲ ਕੀਤਾ, ਇੱਥੋਂ ਤੱਕ ਲੈ ਕੇ ਆਏ ਨੇ, ਅਤੇ ਪੂਰੇ ਇਸ ਮਸਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਮਿਹਰਬਾਨੀ ਜੀ, ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਸ਼ੁਕਰੀਆ। ਧਾਲੀਵਾਲ ਸਾਹਿਬ, ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਉਦੋਂ ਦਿੱਲੀ ਵੀ ਨਹੀਂ ਗਏ ਸੀ, ਉਦੋਂ ਤੋਂ ਹੀ ਕਿਸਾਨ ਆਗੂਆਂ 'ਤੇ ਹਮਲੇ ਸ਼ੁਰੂ ਹੋ ਗਏ ਸੀ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਧਿਰਾਂ ਕਹਿ ਲਓ ਜਾਂ ਫਿਰ ਕੁਝ ਲੋਕ ਕਹਿ ਲਓ, ਉਹਨਾਂ ਵੱਲੋਂ ਲਗਾਤਾਰ ਹੁਣ ਤੱਕ ਕਿਸਾਨ ਆਗੂਆਂ 'ਤੇ ਹਮਲੇ ਕੀਤੇ ਜਾ ਰਹੇ ਨੇ। ਅਲੱਗ ਅਲੱਗ ਫੋਟੋਆਂ ਵਾਇਰਲ ਕਰਦੇ ਨੇ ਉਹਨਾਂ ਦੀਆਂ, ਜਾਂ ਕਦੇ ਕੁਛ ਕੋਈ ਅਖਬਾਰਾਂ ਦੀ ਕਟਿੰਗ ਕੱਢ ਲੈ ਜਾਂਦੇ ਨੇ, ਕਿਸੇ ਲੀਡਰ ਨਾਲ ਉਹ ਫੋਟੋਆਂ ਕੱਢ ਲੈ ਜਾਂਦੇ ਨੇ, ਥੋੜ੍ਹਾ ਦਰਸ਼ਕਾਂ ਨੂੰ ਉਹ ਦੋ ਮਨਾਂ 'ਚ ਮਨ ਜਿਹਾ ਹੋ ਜਾਂਦਾ, ਦਰਸ਼ਕ ਉਹ ਸੋਚਦੇ ਨੇ, ਅਤੇ ਸਾਨੂੰ ਲੱਗਦਾ ਕਿ ਤੁਸੀਂ ਬੜਾ ਚੰਗੀ ਤਰ੍ਹਾਂ ਕਲੀਅਰ ਕਰ ਸਕਦੇ ਹੋ ਇਸ ਮਾਮਲੇ ਨੂੰ, ਅਤੇ ਦਰਸ਼ਕਾਂ ਨੂੰ ਸਮਝਾ ਸਕਦੇ ਹੋ ਕਿ ਕਿਸਾਨ ਆਗੂਆਂ ਬਾਰੇ ਜੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਦੇਖੋ, ਜਦੋਂ ਦੋ ਧਿਰਾਂ ਦੇ ਵਿੱਚ ਨਾ ਕੋਈ ਇੱਦਾਂ ਦੀ ਰਾਜਨੀਤਿਕ ਲੜਾਈ ਸ਼ੁਰੂ ਹੁੰਦੀ ਹੈ ਜੀ, ਉਹ ਰਾਜਨੀਤਿਕ ਲੜਾਈ ਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੈ। ਪੁਰਾਣੇ ਸਮੇਂ ਦੇ ਵਿੱਚ ਵੀ, ਜਦੋਂ ਅਸੀਂ ਵੀ, ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਦੋਂ ਵੀ ਪ੍ਰਿੰਟ ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ ਦੋਨੇ ਧਿਰਾਂ ਇੱਕ ਦੂਜੀ ਧਿਰ 'ਤੇ ਇਸ ਤਰ੍ਹਾਂ ਦੇ ਹਮਲੇ ਕਰਦੀਆਂ ਸੀ ਤਾਂ ਕਿ ਉਹਨਾਂ ਨੂੰ ਬਦਨਾਮ ਕੀਤਾ ਜਾਵੇ। ਦੇਖੋ, ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਧਿਰ ਅੰਦੋਲਨ ਕਰ ਰਹੀ ਹੈ, ਜਿਹੜੀ ਧਿਰ ਦੇ ਅੰਦੋਲਨ ਖਿਲਾਫ ਕੀਤਾ ਜਾ ਰਿਹਾ ਹੈ, ਬੇਸਿਕ ਦੋਨਾਂ ਧਿਰਾਂ ਦਾ ਜ਼ੋਰ ਇੱਕੋ ਗੱਲ 'ਤੇ ਲੱਗਿਆ ਹੁੰਦਾ ਹੈ, ਉਹ ਲੱਗਿਆ ਹੁੰਦਾ ਪਬਲਿਕ ਓਪੀਨੀਅਨ ਬਣਾਉਣ 'ਤੇ। ਪਬਲਿਕ ਓਪੀਨੀਅਨ ਬਣਾਉਣ ਲਈ ਜਿਹੜੀ ਧਿਰ ਅੰਦੋਲਨ ਕਰ ਰਹੀ ਹੁੰਦੀ ਹੈ, ਉਹਨੇ ਸਾਬਤ ਕਰਨਾ ਹੁੰਦਾ ਕਿ ਸਾਡਾ ਜਿਹੜਾ ਪੱਖ ਹੈ ਉਹ ਬਿਲਕੁਲ ਸਹੀ ਹੈ। ਔਰ ਸਰਕਾਰਾਂ ਦੇ ਖਿਲਾਫ ਜਦੋਂ ਵੀ ਅੰਦੋਲਨ ਹੁੰਦੇ ਨੇ, ਅੰਦੋਲਨ ਕਿਸੇ ਨਾ ਕਿਸੇ ਠੀਕ ਮੁੱਦੇ 'ਤੇ ਹੀ ਹੁੰਦੇ ਨੇ। ਨੋਰਮਲੀ ਰੇਅਰ ਕੋਈ ਅੰਦੋਲਨ ਹੋ ਸਕਦਾ ਉਹ ਠੀਕ ਮੁੱਦੇ 'ਤੇ ਨਾ ਹੋਵੇ ਜਾਂ ਉਹਦੀ ਪਿੱਠ ਭੂਮੀ ਦੇ ਵਿੱਚ ਕੋਈ ਸ਼ੜਯੰਤਰ ਹੋਵੇ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਜਿਹੜਾ ਕਰਪਸ਼ਨ ਦੇ ਖਿਲਾਫ ਅੰਨਾ ਅੰਦੋਲਨ ਸੀ ਉਹ ਸ਼ੁਰੂ ਤੋਂ ਹੀ ਉਹਦੀ ਪਿੱਠ ਭੂਮੀ ਦੇ ਵਿੱਚ ਕੋਈ ਗੜਬੜ ਸੀ, ਉਹ ਕਿਸੇ ਇੱਕ ਧਿਰ ਨੂੰ ਅੰਦੋਲਨ ਦੇ ਠੀਕ ਮੁੱਦੇ ਨੂੰ ਲੈ ਕੇ, ਮੁੱਦਾ ਠੀਕ ਸੀ ਕਰਪਸ਼ਨ ਦਾ, ਠੀਕ ਮੁੱਦੇ ਨੂੰ ਲੈ ਕੇ ਪਰ ਗਲਤ ਤਰੀਕੇ ਨਾਲ ਕਿਸੇ ਇੱਕ ਧਿਰ ਨੂੰ ਫਾਇਦਾ ਦੇਣ ਲਈ ਅੰਦੋਲਨ ਚਲਾਇਆ ਗਿਆ। ਕੁਦਰਤੀ ਹੈ ਜੇ ਅਸੀਂ ਉਹਦੇ ਬਾਰੇ ਕਹਿੰਦੇ ਹਾਂ ਤਾਂ ਦੂਜੀ ਧਿਰ ਇਸ ਅੰਦੋਲਨ ਬਾਰੇ ਵੀ ਇਹ ਗੱਲ ਕਹਿ ਸਕਦੀ ਹੈ, ਪਰੰਤੂ ਜਿਹੜੀ ਸਾਫ਼ ਗੱਲ ਇਹ ਹੈ ਕਿ ਜਿਹੜੀ ਧਿਰ ਸਰਕਾਰੀ ਹੁੰਦੀ ਹੈ ਉਹਦੇ ਕੋਲ ਸਾਧਨ ਜ਼ਿਆਦਾ ਹੁੰਦੇ ਨੇ, ਅੰਦੋਲਨ ਦੇ ਵਿੱਚ ਜਿਹੜੇ ਆਮ ਲੋਕ ਇਨਵੋਲਵ ਹੁੰਦੇ ਨੇ ਉਹ ਮੁੱਦੇ ਦੇ ਬੇਸ 'ਤੇ ਇਨਵੋਲਵ ਹੁੰਦੇ ਨੇ, ਪਰੰਤੂ ਜਿਹੜੀ ਸਰਕਾਰੀ ਧਿਰ ਹੈ ਉਹ ਚਾਹੇ ਸਟੇਟ ਦੀ ਸਰਕਾਰ ਹੋਵੇ, ਕੇਂਦਰ ਦੀ ਸਰਕਾਰ ਹੋਵੇ, ਪੁਲਿਸ ਹੋਵੇ, ਪ੍ਰਸ਼ਾਸਨ ਹੋਵੇ, ਉਹ ਕੋਸ਼ਿਸ਼ ਕਰਦੇ ਨੇ ਕਿ ਅੰਦੋਲਨ ਨੂੰ ਫੇਲ ਕਰਨ ਲਈ, ਕਿਉਂਕਿ ਅੰਦੋਲਨ ਕਾਮਯਾਬੀ ਤਾਂ ਹੁੰਦਾ ਜੇ ਪਬਲਿਕ ਓਪੀਨੀਅਨ ਅੰਦੋਲਨ ਦੇ ਹੱਕ 'ਚ ਬਣਦੀ ਹੈ। ਜੇ ਪਬਲਿਕ ਓਪੀਨੀਅਨ ਹੱਕ 'ਚ ਨਹੀਂ ਬਣਦੀ ਤਾਂ ਲੋਕ ਭਾਗ ਹੀ ਨਹੀਂ ਲੈਣਗੇ, ਸਰਕਾਰ 'ਤੇ ਉਹਦਾ ਕੋਈ ਅਸਰ ਨਹੀਂ ਹੋਏਗਾ। ਸੋ ਉਸ ਨੂੰ ਅਸਰਦਾਰ ਬਣਾਉਣ ਲਈ ਜਦੋਂ ਅੰਦੋਲਨਕਾਰੀ ਧਿਰ ਹੈ ਜਿਹੜੀ ਉਹ ਇਹ ਸਾਰੇ ਯਤਨ ਕਰਦੀ ਹੈ, ਤਾਂ ਜਿਹੜੀ ਸਰਕਾਰੀ ਧਿਰ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਅੰਦੋਲਨ ਨੂੰ ਜਾਂ ਤਾਂ ਮੁੱਦੇ ਤੋਂ ਭਟਕਾਇਆ ਜਾਵੇ ਜਾਂ ਕਿਸੇ ਹੋਰ ਟਰੈਕ 'ਤੇ, ਜਿਵੇਂ ਆਪਾਂ ਕਹਿੰਦੇ ਹਾਂ ਉਹਨੂੰ ਹਿੰਸਕ ਬਣਾ ਦਿੱਤਾ ਜਾਵੇ, ਜਾਂ ਉਹਨਾਂ ਨੇਤਾਵਾਂ ਬਾਰੇ ਸਮੇਂ ਸਮੇਂ 'ਤੇ
कोई उन्हां दियां जातिगत व्यक्तिगत समाजिक कोई किसी समय की पुरानी कमजोरी लभ के उन्हूं उछाले जावे तां कि पब्लिक दे विच ए साबित करन दी कोशिश कीती जावे कि ए जिहड़ा अंदोलन है ਇਹ ਪਬਲਿਕ ਦੀ ਭਲਾਈ ਲਈ ਨਾ ਹੋ ਕੇ ਕੁਛ ਇੱਕ ਲੀਡਰਾਂ ਦੀ ਭਲਾਈ ਲਈ ਹੈ। ਉਹ ਲੀਡਰ ਜਿਹੜੇ ਬਕਾਊ ਨੇ, ਉਹ ਲੀਡਰਾਂ ਦਾ ਜਿਹੜਾ ਪਿਛਲਾ ਕਿਰਦਾਰ ਹੈ ਮਾੜਾ ਹੈ, ਉਹ ਇੱਦਾਂ ਦੀਆਂ ਗੱਲਾਂ ਉਭਾਰ ਕੇ ਅੰਦੋਲਨ ਫੇਲ ਕਰਨ ਲਈ ਸਰਕਾਰੀ ਧਿਰਾਂ ਯਤਨ ਕਰਦੀਆਂ ਨੇ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਇੱਦਾਂ ਹੀ ਕਰਦੀਆਂ ਸੀ, ਹੁਣ ਵੀ ਇੱਦਾਂ ਕਰਦੀਆਂ ਨੇ। ਉਹ ਇਕੱਲੇ ਹਿੰਦੁਸਤਾਨ ਵਿੱਚ ਨਹੀਂ, ਇਹ ਦੁਨੀਆ ਭਰ ਵਿੱਚ ਇਹੀ ਸਟਾਈਲ ਹੈ। ਪਰੰਤੂ ਹੁਣ ਇਸ ਅੰਦੋਲਨ ਦੇ ਵਿੱਚ ਜਿਹੜਾ ਲੋਕਾਂ ਨੂੰ ਵੱਖਰਾ ਮਿਲ ਰਿਹਾ ਉਹ ਇਹ ਹੈ ਕਿ ਇਸ ਅੰਦੋਲਨ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਇੰਨਾ ਪਾਪੂਲਰ ਨਹੀਂ ਸੀ। ਜੇ ਤੁਹਾਡੀ ਯਾਦ ਹੋਵੇ, ਬੜਾ ਇੰਟਰਸਟਿੰਗ ਹੈ ਇਹ ਗੱਲ ਕਿ ਜਦੋਂ ਅੰਨਾ ਅੰਦੋਲਨ ਹੋਇਆ ਕਰਪਸ਼ਨ ਦੇ ਖਿਲਾਫ, ਉਦੋਂ ਅੰਨਾ ਦੇ ਖਿਲਾਫ ਵੀ ਇੱਕ ਉਸ ਸਮੇਂ ਦੀ ਸਰਕਾਰੀ ਧਿਰ ਨੇ ਇਹ ਗੱਲ ਬਹੁਤ ਵੱਡੀ ਕੀਤੀ ਸੀ ਕਿ ਅੰਨਾ ਜਦੋਂ ਫੌਜ 'ਚ ਸੀ ਉਹਨੇ ਇੱਕ ਜੈੱਕ ਚੋਰੀ ਕਰ ਲਿਆ ਸੀ ਅਤੇ ਜੈੱਕ ਚੋਰੀ ਕਰਨ ਦੇ ਵਿੱਚ ਉਹਨੂੰ ਸਜ਼ਾ ਮਿਲੀ ਸੀ। ਹੁਣ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਅੰਦੋਲਨ ਨਾਲ ਉਹਦਾ ਕੀ ਸੀ। ਜਾਤੀਗਤ ਅਤੇ ਜਿਹੜੀਆਂ ਜਾਤੀਗਤ ਹਮ ਵਿਅਕਤੀਗਤ ਹਮਲਾ ਹੈ ਉਹਦੇ ਵਿੱਚ ਕੋਈ ਵੀ ਬੰਦਾ ਕੋਈ ਗਲਤੀ ਕਰ ਸਕਦਾ। ਜੇ ਹੁਣ ਅਸੀਂ ਕਹੀਏ ਸਾਰੀ ਜਨਤਾ ਨੂੰ ਇਹ ਪਤਾ ਹੈ ਕਿ ਇੱਕ ਗ੍ਰਹਿ ਮੰਤਰੀ ਹੈ, ਉੱਥੇ ਇੰਨੇ ਪਰਚੇ ਦਰਜ ਨੇ, ਉੱਥੇ ਕਤਲ ਦਾ ਵੀ ਪਰਚਾ ਦਰਜ ਹੈ, ਉੱਥੇ ਅਟੈਂਪਟ ਮਰਡਰ ਦਾ ਵੀ ਪਰਚਾ ਦਰਜ ਹੈ, ਉਹਨੂੰ ਤਾਂ ਪ੍ਰਚਾਰ ਦੇਣੀ ਮੀਡੀਆ ਉਹਦੇ ਬਾਰੇ। ਪਰੰਤੂ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਵਿੱਚ ਕੀ ਇਹ ਹੋ ਗਿਆ ਕਿ ਆਪੋ ਆਪਣੀਆਂ ਧਿਰਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਆਪਣੀਆਂ ਆਪਣੀਆਂ ਟੀਮਾਂ ਬਣਾਈਆਂ ਹੋਈਆਂ ਨੇ, ਜਿਹੜੀਆਂ ਇੱਕ ਵਿਸ਼ੇਸ਼ ਕਿਸਮ ਦੇ ਮੁੱਦੇ, ਵਿਸ਼ੇਸ਼ ਕਿਸਮ ਦੀ ਦਲੀਲ ਲੈ ਕੇ, ਇੱਕ ਤਾਂ ਹੁੰਦਾ ਨਾ ਕਿ ਲੋਕਾਂ ਦਾ ਉਹਦੇ ਵਿੱਚ ਇਨਵੋਲਵ ਹੋਣਾ, ਲੋਕਾਂ ਦਾ ਨਹੀਂ, ਉਹਨਾਂ ਦੀ ਟੀਮ ਹੀ ਇਹ ਕੰਮ ਕਰਦੀ ਹੈ ਕਿ ਮੈਂ ਸਭ ਤੋਂ ਪਹਿਲਾਂ ਇੱਕ ਕਮੈਂਟ ਇਹ ਦੇਊਂਗਾ, ਤੁਸੀਂ ਨਾਲ ਦੀ ਨਾਲ ਇੰਨੇ ਕਮੈਂਟ ਕਰ ਦੇਣੇ ਨੇ। ਔਰ ਪਿਛਲੇ ਸਮੇਂ ਦੇ ਵਿੱਚ ਉਹ ਇਹ ਵੀ ਆ ਗਿਆ ਕਿ ਹਾਂ ਆਪਣੇ ਆਈ ਟੀ ਸੈੱਲ 'ਤੇ ਜਿਹੜੇ ਉਹ ਕਮੈਂਟ ਆਉਂਦੇ ਨੇ, ਉਹ ਕਮੈਂਟ ਵੀ ਇੱਕੋ ਕਮਾਂਡ ਨਾਲ ਜਾਂਦੇ ਨੇ, ਪਹਿਲਾਂ ਹੀ ਬੰਦੇ ਭਰੋਸੇ 'ਚ ਲਏ ਨੇ ਵੀ ਮੇਰੇ ਨਾਂ 'ਤੇ ਫਟਾਫਟ ਤੂੰ ਕਮੈਂਟ ਮਾਰ ਦੀ। ਸੋ ਇਸ ਕਰਕੇ ਇਹ ਕੋਈ ਬਹੁਤ ਨਵੀਂ ਗੱਲ ਨਹੀਂ, ਨਾ ਹੀ ਇਹ ਮੈਨੂੰ ਕੋਈ ਗੱਲ ਬਹੁਤ ਇਹ ਲੱਗਦੀ ਹੈ ਵੀ ਇਹ ਬਹੁਤ ਖਤਰਨਾਕ ਹੈ। ਹਾਂ ਇਹ ਜ਼ਰੂਰ ਹੈ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ, ਜਿਵੇਂ ਪੰਜਾਬੀ 'ਚ ਆਪਾਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਨਾ ਸੁੱਤਾ ਹੈ ਉਹਨੂੰ ਜਗਾਉਣਾ ਤਾਂ ਸੌਖਾ ਹੈ, ਪਰ ਜਿਹੜਾ ਜਾਗਦਾ ਹੀ ਸੁੱਤਾ ਪਿਆ ਹੈ ਉਹਨੂੰ ਨਹੀਂ ਜਗਾਇਆ ਜਾ ਸਕਦਾ। ਇਸ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਜਨਤਾ 'ਚ ਭਰਮ ਭੁਲੇਖੇ ਇਹ ਲੋਕ ਪਾਉਂਦੇ ਨੇ ਅਤੇ ਪਾਏ ਜਾਂਦੇ ਨੇ, ਅੱਗੇ ਨੂੰ ਵੀ ਪਾਉਣਗੇ। ਇਹਦੇ ਲਈ ਅੰਦੋਲਨਕਾਰੀ ਧਿਰ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿਉਂਕਿ ਉਹਦੇ ਕੋਲ ਸਾਧਨ ਘੱਟ ਹੁੰਦੇ ਨੇ ਅਤੇ ਉਹਨੂੰ ਸੁਚੇਤ ਜ਼ਿਆਦਾ ਹੋਣਾ ਪੈਂਦਾ। ਅਤੇ ਜਿੰਨੀਆਂ ਏਜੰਸੀਆਂ ਨੇ, ਪੈਰਾਮਿਲਟਰੀ ਫੋਰਸਿਸ, ਪੁਲਿਸ, ਇਹ ਏਜੰਸੀਆਂ ਦਾ ਤੁਸੀਂ ਦੇਖਿਆ ਹੋਏਗਾ, ਮੈਨੂੰ ਵੀ ਹਾਸੀ ਆ ਰਹੀ ਹੈ, ਇੱਕ ਪਿਛਲੇ ਦਿਨੀ ਜਿਹੜਾ 18 ਤਰੀਕ ਨੂੰ ਰੇਲ ਰੋਕੋ ਦਿਵਸ ਸੀ ਜਿਹੜਾ, ਉਸ ਦਿਨ ਸਰਕਾਰ ਨੇ ਇੱਕ ਐਲਾਨ ਕਰਤਾ ਕਿ ਇੰਨੇ ਵਜੇ ਤੋਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੀਆਂ ਰੇਲਾਂ ਬੰਦ ਰਹਿਣਗੀਆਂ। ਅਤੇ ਇਹਦੇ ਬਾਵਜੂਦ ਇੱਕ ਪਰਚਾ ਦਰਜ ਹੋਇਆ ਅਖਬਾਰ 'ਚ ਜੋ ਪੜਿਆ ਕਰਨਾਲ ਕਿ ਕਿਸਾਨਾਂ ਨੇ ਰੇਲ ਰੋਕੀ। ਜੇ ਸਰਕਾਰ ਨੇ ਆਪੇ ਰੇਲਾਂ ਬੰਦ ਕਰੀਆਂ ਹੋਈਆਂ ਸੀ ਫਿਰ ਕਿਸਾਨਾਂ ਨੇ ਰੇਲ ਕਿੱਥੇ ਰੋਕੀ? ਮਤਲਬ ਇਸ ਤਰ੍ਹਾਂ ਦੇ ਜਿਹੜੇ ਸ਼ੜਿਅੰਤਰ ਨੇ ਨਾ ਇਹ ਸਰਕਾਰਾਂ ਵਰਤਦੀਆਂ ਨੇ ਅਤੇ ਉਹਨੂੰ ਮੀਡੀਆ ਦੇ ਵਿੱਚ ਬਹੁਤ ਪ੍ਰਚਾਰਿਆ ਜਾਊਗਾ ਫਿਰ ਕਿ ਜੀ ਦੇਖੋ ਕਿਸਾਨਾਂ 'ਤੇ 200 ਕਿਸਾਨਾਂ 'ਤੇ ਪਰਚਾ ਦਰਜ ਕਰ ਲਿਆ। ਉਹਦੇ ਦੋ, ਇੱਕ ਤਾਂ ਜਿਹੜੇ 200 ਕਿਸਾਨਾਂ ਦੇ ਪਰਚਾ ਦਰਜ ਕਰ ਲਿਆ ਉਹਨਾਂ 'ਤੇ ਦਹਿਸ਼ਤ ਕਿ ਉਹਨਾਂ ਨੂੰ ਹੁਣ ਫੜਿਆ ਜਾਏਗਾ, ਇੱਕ ਜਿਹੜੇ ਹੋਰ ਲੋਕ ਅੰਦੋਲਨ 'ਚ ਆਉਂਦੇ ਨੇ ਉਹਨਾਂ 'ਤੇ ਦਹਿਸ਼ਤ ਕਿ ਹੁਣ ਤਾਂ ਪਰਚੇ ਦਰਜੇ ਸ਼ੁਰੂ ਕਰਨੇ ਹੋ ਗਏ, ਗਿਣਤੀ ਘੱਟ ਜਾਵੇ, ਜਿਹੜੇ ਡਰੂ ਲੋਕ ਨੇ ਜਾਂ ਜਿਹੜੇ ਵਿਚਾਰੇ ਥੋੜ੍ਹੇ ਜਿਹੇ ਡਰਦੇ ਨੇ ਉਹ ਪਾਰਟੀਸਪੇਟ ਨਾ ਕਰਨ। ਸੋ ਇਸ ਤਰ੍ਹਾਂ ਦੇ ਸ਼ੜਯੰਤਰ ਹੀ ਅਕਸਰ ਹੁੰਦੇ ਨੇ। ਇਸ ਕਰਕੇ ਅੰਦੋਲਨਕਾਰੀ ਧਿਰ ਦੇ ਉੱਤੇ ਇਸ ਚੀਜ਼ ਦੀ ਜ਼ਿੰਮੇਵਾਰੀ ਸਗੋਂ ਵੱਧ ਆ ਜਾਂਦੀ ਹੈ ਕਿ ਉਹ ਹਰ ਇੱਕ ਜਿਹੜਾ ਪੈਰ ਬੋਝ ਬੋਝ ਕੇ ਰੱਖਣ, ਬਿਲਕੁਲ ਧਿਆਨ ਨਾਲ ਰੱਖਣ, ਗਿਣ ਮਿਣ ਕੇ ਰੱਖਣ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਉਹਨਾਂ ਲਈ ਮਾਰੂ ਸਾਬਤ ਨਾ ਹੋਵੇ, ਅੰਦੋਲਨ ਲਈ ਨੁਕਸਾਨਦੇਹ ਸਾਬਤ ਨਾ ਹੋਵੇ। ਬਿਲਕੁਲ ਧਾਲੀਵਾਲ ਸਾਹਿਬ, ਜੇਕਰ ਗੱਲ ਕਰੀਏ ਦਿੱਲੀ, ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਬੈਠੇ ਨੂੰ, ਜੋ ਕਿਸਾਨਾਂ ਦੀ ਰਣਨੀਤੀ ਤਹਿਤ ਪੂਰਾ ਜੋ ਅੰਦੋਲਨ ਹੈ ਆਲ ਓਵਰ ਸਾਂਭਿਆ, ਅੰਦੋਲਨ 26 ਜਨਵਰੀ ਦੀ ਘਟਨਾ ਵੀ ਹੋਈ, ਲਖੀਮਪੁਰ ਘਟਨਾ ਵੀ ਵਾਪਰੀ, ਹੁਣ ਫਿਰ ਸਿੰਘੂ 'ਤੇ ਜੋ ਕਾਂਡ ਵਾਪਰਿਆ ਉਸ ਨੂੰ ਲੈ ਕੇ ਪੂਰਾ ਜੋ ਅੰਦੋਲਨ ਕਿਸਾਨ ਆਗੂਆਂ ਨੇ
ਸਾਂਭਿਆ ਕਿਸਾਨ ਆਗੂਆਂ ਨੇ ਉਸ ਨੂੰ ਚਲਾਇਆ, ਉੱਥੇ ਤੁਹਾਡਾ ਕੀ ਪ੍ਰਤੀਕਰਮ? ਉਸ ਦੇ ਵਿੱਚ ਦੇਖੋ ਗੱਲ ਇਹ ਹੈ, ਜਿਹੜਾ ਇਹ ਅੰਦੋਲਨ ਜਿਸ ਕਿਸਮ ਨਾਲ ਚੱਲਿਆ ਉਹਦੇ ਵਿੱਚ ਇਸ ਅੰਦੋਲਨ ਉੱਪਰ ਇੱਕ ਤੋਂ ਵੱਧ ਹਮਲੇ ਹੋਏ। ਸਭ ਤੋਂ ਭਿਆਨਕ ਅਤੇ ਖਤਰਨਾਕ ਜਿਹੜਾ ਹਮਲਾ ਸੀ ਉਹ ਪਹਿਲਾਂ ਸੀ 26 ਜਨਵਰੀ ਵਾਲਾ। ਉਸ ਦੇ ਵਿੱਚ ਆਪਾਂ ਸਮਝਦੇ ਹਾਂ ਕਿ ਉਹ ਇਸ ਤਰ੍ਹਾਂ ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਸ ਤਰ੍ਹਾਂ ਕੀਤਾ ਗਿਆ ਜਿਹਦੇ ਵਿੱਚ ਆਮ ਜਨਤਾ ਵਿੱਚ ਇਹ ਭੁਲੇਖਾ ਕਿਸੇ ਹੱਦ ਤੱਕ ਖੜਾ ਵੀ ਕੀਤਾ ਗਿਆ ਕਿ ਇਹ ਜਿਹੜੇ ਅੰਦੋਲਨਕਾਰੀ ਨੇ ਇਹ ਰਾਸ਼ਟਰ ਹਿੱਤਾਂ ਦੇ ਖਿਲਾਫ ਨੇ ਅਤੇ ਰਾਸ਼ਟਰੀ ਹਿੱਤਾਂ ਨੂੰ ਇਹਦਾ ਨੁਕਸਾਨ ਹੋਣ ਦਾ ਡਰ ਹੈ। ਸੋ ਇਸ ਕਰਕੇ ਇਸ ਅੰਦੋਲਨ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਲਾਲ ਕਿਲੇ 'ਤੇ ਕਿਉਂ ਗਏ, ਲਾਲ ਕਿਲਾ ਧਰੋਹਰ ਹੈ, ਝੰਡਾ ਉੱਚਾ ਹੋ ਗਿਆ, ਝੰਡਾ ਨੀਵਾਂ ਹੋ ਗਿਆ। ਪਰੰਤੂ ਜਦੋਂ ਹੌਲੀ ਹੌਲੀ ਸਮੇਂ ਦੇ ਨਾਲ ਉਹ ਗੱਲਾਂ ਸਾਹਮਣੇ ਆਈਆਂ ਜਿਵੇਂ ਉਹ ਪ੍ਰਚਾਰੀਆਂ ਗਈਆਂ ਉਸ ਕਿਸਮ ਨਾਲ ਉਹ ਵੀ ਸੱਚ ਨਹੀਂ ਸੀਗੀਆਂ, ਸੱਚ ਕੁਛ ਹੋਰ ਸੀ। ਸੋ ਉਹਦੇ ਵਿੱਚ ਜਦੋਂ ਦਿਖਾਇਆ ਗਿਆ, ਅੱਛਾ ਮੀਡੀਆ ਸਾਰਾ ਰਲ ਗਿਆ, ਮੀਡੀਆ ਨੇ ਐਂਗਲ ਤੋਂ ਦਿਖਾਇਆ ਕਿਹੜਾ ਝੰਡਾ ਨੀਵਾਂ ਕਿਹੜਾ ਉੱਚਾ, ਜਦੋਂ ਕਿ ਜਿਹੜਾ ਅਸਲ ਝੰਡਾ ਜਿਹੜਾ ਤਿਰੰਗਾ ਝੰਡਾ ਜਿਹੜਾ ਫਹਿਰਾਇਆ ਹੋਇਆ ਲਾਲ ਕਿਲੇ 'ਤੇ ਉਹਦੇ ਤੱਕ ਤਾਂ ਨਾ ਕੋਈ ਪਹੁੰਚਿਆ ਅਤੇ ਨਾ ਉਹ ਝੰਡੇ ਤੋਂ ਉੱਚਾ ਕੋਈ ਝੰਡਾ ਲੱਗਿਆ। ਸੋ ਇਸ ਕਿਸਮ ਨਾਲ ਸਰਕਾਰਾਂ ਇਸ ਤਰ੍ਹਾਂ ਦੀ ਚੀਜ਼ ਵਰਤਦੀਆਂ ਹੁੰਦੀਆਂ ਨੇ ਔਰ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਦੇ ਰਾਹੀਂ ਕੁਛ ਬੰਦਿਆਂ ਨੂੰ ਵਰਤਿਆ ਗਿਆ, ਕਈ ਬੰਦਿਆਂ ਦੇ ਤਾਂ ਆਪਾਂ ਦੋਸ਼ ਲਾਉਂਦੇ ਹਾਂ ਕਿ ਫਲਾਣੇ ਵਿਅਕਤੀ ਵਰਤ ਹੋ ਗਏ ਜਾਂ ਉਹ ਏਜੰਸੀ ਦੇ ਹੀ ਹਨ, ਪਰ ਕਈ ਵਿਅਕਤੀ ਵਿਚਾਰੇ ਇਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਨੂੰ ਵਰਤਿਆ ਗਿਆ, ਉਹਨਾਂ ਨੂੰ ਵਰਤ ਲਿਆ ਜਾਂਦਾ, ਉਹਨਾਂ ਨੂੰ ਬਾਅਦ 'ਚ ਕਿਤੇ ਸਮੇਂ ਮੁਤਾਬਕ ਬਾਅਦ 'ਚ ਪਤਾ ਲੱਗਦਾ ਕਿ ਉਹ ਵਰਤੇ ਗਏ। ਮਤਲਬ ਇਹਨਾਂ ਅੰਦੋਲਨਾਂ 'ਚ ਇਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਹੁੰਦੀਆਂ ਨੇ। ਸੋ ਇਸ ਕਰਕੇ ਇਸ ਤੋਂ ਅਗਲਾ ਹਮਲਾ ਜਿਹੜਾ ਇੱਥੇ ਹੋਇਆ ਉਹ 26 ਜਨਵਰੀ ਤੋਂ ਤੁਰੰਤ ਬਾਅਦ, ਦੇਖੋ ਉਸ ਦਹਿਸ਼ਤ ਦਾ ਫਾਇਦਾ ਲੈਂਦੇ ਹੋਏ ਜਿਸ ਦਿਨ ਟਕੈਤ ਰੋਇਆ ਫਿਰ ਉਹ ਰੋਣ ਨਾਲ ਜਿਹੜੀ ਸਿਚੁਏਸ਼ਨ ਪੈਦਾ ਹੋਈ ਬਦਲ ਗਈ, ਪਰੰਤੂ ਉਸ ਦਿਨ ਵੀ ਉਹਨਾਂ ਨੇ ਬਹੁਤ ਵੱਡੀ ਦਹਿਸ਼ਤ ਕ੍ਰੀਏਟ ਕੀਤੀ। ਉਹਨੂੰ ਮੀਡੀਆ ਕੁਛ ਨਹੀਂ ਕਹਿੰਦਾ, ਇੱਕ MLA ਆਪਦੀ ਅਗਵਾਈ 'ਚ ਇੰਨੇ ਗੁੰਡੇ ਲੈ ਕੇ ਉੱਥੇ ਗਾਲਾਂ ਬੱਕੀਆਂ, ਆਪਣੇ ਰੋੜੇ ਚਲਾਏ, ਉਹਨਾਂ ਨੂੰ ਕਿਹਾ ਕਿ ਜਾਨ ਤੋਂ ਮਾਰ ਦਿਉ, ਸ਼ੜਯੰਤਰ ਇਹ ਹੋਇਆ ਕਿ ਕੁਛ ਬੰਦੇ ਮਾਰ ਹੀ ਦਿੱਤੇ ਜਾਣ ਅਤੇ ਇਹ ਜਿਹੜਾ ਫਸਾਦ ਹੈ ਉਹ ਧਰਮ ਅਤੇ ਜਾਤੀ ਦੇ ਆਧਾਰ 'ਤੇ ਕਰਵਾ ਦਿੱਤਾ ਜਾਵੇ ਉੱਥੇ, ਕਿਉਂਕਿ ਸਰਕਾਰ ਇਹਦੇ ਵਿੱਚ ਕੀ ਕਰਦੀ ਆ, ਸਾਧਨ ਉਹਦੇ ਕੋਲ ਜ਼ਿਆਦਾ ਹੁੰਦੇ ਨੇ। ਜਦੋਂ ਅੰਦੋਲਨਕਾਰੀ ਇੱਕ ਛੋਟਾ ਜਿਹਾ ਫੰਕਸ਼ਨ ਕਰਦੇ ਨੇ, ਆ ਲਖੀਮਪੁਰ ਖੀਰੀ ਦਾ ਤੁਸੀਂ ਲੈ ਲਓ, ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਬਿਲਕੁਲ ਜਿਨ੍ਹਾਂ ਨਾਲ ਜ਼ਿਆਦਤੀ ਹੋਈ ਉਹ ਰੌਂਦ ਦਿੱਤੇ ਗਏ, ਗੱਡੀਆਂ ਉੱਤੇ ਚੜ੍ਹਾ ਦਿੱਤੀਆਂ ਗਈਆਂ, ਮਾਰ ਦਿੱਤੇ ਗਏ, ਬੰਦੇ ਆਈਡੈਂਟੀਫਾਈ ਹੋ ਗਏ, ਉਹਨਾਂ ਨੇ ਦੱਸਿਆ ਕਿ ਸਾਡੇ ਇੰਨੇ ਚਸ਼ਮਦੀਦ ਗਵਾਹ ਨੇ, ਉਹਨਾਂ 'ਚੋਂ ਹਾਲੇ ਬੜੇ ਚੰਦ ਗਵਾਹ ਨੇ ਜਿਹੜੇ ਏਜੰਸੀਆਂ ਨੇ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਨੇ। ਉਹਦੇ ਉਲਟ ਜਿਹੜਾ ਇੱਕ ਪਰਚਾ ਕਿਸਾਨਾਂ 'ਤੇ ਕੀਤਾ ਗਿਆ ਕਿ ਉਹ BJP ਦੇ ਵਰਕਰਾਂ ਨੂੰ ਕੁੱਟ ਕੇ ਮਾਰ ਦਿੱਤਾ ਗਿਆ, ਉਹਦੇ ਜਿਹੜੇ ਗਵਾਹ ਨੇ ਉਹ ਕਈ ਸਾਰਿਆਂ ਦੇ ਬਿਆਨ ਦਰਜ ਕਰ ਲਏ ਗਏ। ਸੋ ਇਸ ਕਿਸਮ ਨਾਲ ਸਰਕਾਰਾਂ ਆਪਣੇ ਹਰਵੇ ਵਰਤਦੀਆਂ ਨੇ ਔਰ ਮੈਨੂੰ ਇਹ ਲੱਗਦਾ ਲੜਾਈ ਦੇ ਵਿੱਚ ਹਰ ਇੱਕ ਪਾਰਟੀ ਇਖਲਾਕ ਭੁੱਲ ਜਾਂਦੀ ਹੈ, ਉਹ ਸਰਕਾਰ ਜਿਹੜੀ ਹੁੰਦੀ ਹੈ ਉਹ ਬਿਲਕੁਲ ਹੀ ਭੁੱਲ ਜਾਂਦੀ ਹੈ, ਉਹਨੂੰ ਇਹ ਲੱਗਦਾ। ਸੋ ਇਸ ਕਰਕੇ ਉਸ ਤੋਂ ਅੱਗੇ ਆ ਕੇ ਜੇ ਆਪਾਂ ਦੇਖੀਏ ਫਿਰ ਅੰਦੋਲਨ ਦੇ ਵਿੱਚ ਲਖੀਮਪੁਰ ਖੀਰੀ ਦਾ ਪਹਿਲਾਂ ਚੈਲੇਂਜ ਕਰਕੇ ਵੀ ਅਸੀਂ ਖੰਡਾ ਦਿਆਂਗੇ, ਇਹ ਕਰ ਦਿਆਂਗੇ, ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਹ ਪਹਿਲੇ ਅੰਦੋਲਨਾਂ 'ਚ ਵੀ ਇਹ ਸੀ। ਸੁਪਰੀਮ ਕੋਰਟ ਨੂੰ ਜਾਣਬੁੱਝ ਕੇ ਇਨਵੋਲਵ ਕੀਤਾ ਜਾ ਰਿਹਾ। ਦੇਖੋ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਲਿਮਿਟੇਸ਼ਨ ਹੈ ਕਿ ਜਦੋਂ ਉਹਨੂੰ ਕੋਈ ਐਪਲੀਕੇਸ਼ਨ ਦੇਊਗਾ ਉਹਨੂੰ ਉਹ ਐਪਲੀਕੇਸ਼ਨ 'ਤੇ ਸੁਣਵਾਈ ਕਰਨੀ ਪੈਂਦੀ ਹੈ। ਮੇਰਾ ਅਗਲਾ ਸਵਾਲ ਤਾਲੀਵਾਲਾ ਸਾਹਿਬ ਆ ਸੀਗੇ, ਸੁਪਰੀਮ ਕੋਰਟ ਲਗਾਤਾਰ ਕਹਿ ਰਹੀ ਹੈ ਕਿਸਾਨਾਂ ਦੇ ਰਾਹ ਰੋਕੇ ਹੋਏ ਨੇ, ਅੰਦੋਲਨ ਸ਼ਾਂਤੀਮਈ ਕਰਨਾ ਜਾਇਜ਼ ਹੈ, ਪਰ ਰਾਹ ਰੋਕਣਾ ਕਿੱਥੋਂ ਤੱਕ ਜਾਇਜ਼ ਹੈ? ਪਰ ਕਿਸਾਨ ਕਹਿੰਦੇ ਅਸੀਂ ਤਾਂ ਰਾਹ ਰੋਕਿਆ ਨਹੀਂ ਹੋਇਆ, ਜੋ ਰਾਹ ਰੋਕੇ ਹੋਏ ਨੇ ਉਹ ਦਿੱਲੀ ਪੁਲਿਸ ਅਤੇ BJP ਸਰਕਾਰ, BJP ਹਕੂਮਤ ਨੇ ਰਾਹ ਰੋਕੇ ਹੋਏ ਨੇ। ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਟਿੱਕਰੀ ਬਾਰਡਰ 'ਤੇ ਵੀ ਥੋੜ੍ਹੇ ਜਿਹੇ ਜੋ ਕਹਿ ਸਕਦੇ ਆਪਾਂ ਕਿਸਾਨ ਬੈਠੇ ਸੀ, ਜੋ ਸਲੀਪਰ ਰੋਡ 'ਤੇ ਬੈਠੇ ਸੀ, ਉਹਨਾਂ ਵੱਲੋਂ ਵੀ ਕੁਛ ਫੇਰਬਦਲ ਕੀਤੀ ਗਈ ਹੈ। ਇਹਦੀ ਇੱਕ ਟੈਕਨੀਕਲ ਪ੍ਰੋਬਲਮ ਹੈ, ਟੈਕਨੀਕਲ ਪ੍ਰੋਬਲਮ ਇਹ ਹੈ ਕਿ ਕਿਸੇ ਹੋਰ ਕਿਸਾਨ ਪਾਰਟੀ ਨੇ ਜਿਹੜੀ ਆਪਦੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸਦੀ ਹੈ ਜਾਂ ਹੈ, ਉਹਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਕਿ ਜੀ ਜਿਹੜੇ ਰਾਹ ਖਾਲੀ ਕਰਾਏ ਜਾਣ, ਉਹਨੂੰ ਨੋਟਿਸ ਹੋਇਆ, ਉਹ ਕਿਤੇ ਵੀ ਬੈਠੀ ਨਹੀਂ ਹੈਗੀ। ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਧਿਰਾਂ ਬੈਠੀਆਂ ਨੇ ਉਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਕੋਈ ਨੋਟਿਸ ਕੀਤਾ, ਸੁਪਰੀਮ ਕੋਰਟ ਨੇ ਉਹਨਾਂ ਨੂੰ ਬੁਲਾਇਆ, ਪਰ ਉਹਨਾਂ ਦੀ ਹਾਲੇ ਕੋਈ ਵੀ
सुनवाई नहीं हुई, उन्होंने वकील ने अजे अपना पक्ष रख्या नहीं। परंतु मीडिया की करता है कि जिन्होंने जिहड़ा पक्ष रख्या सुप्रीम कोर्ट कोल जो इनफॉर्मेशन गई, सुप्रीम कोर्ट ने तो उसे ते कमेंट करना है ना। हाले जिहड़े जिहड़े किसान बैठे ने इन्हां दे वकील ने तो अपना पक्ष ही नहीं रख्या। जदों इन्हां दा पक्ष ही नहीं रख्या दैट मीनस हाले सुप्रीम कोर्ट की फाइल दे विच इन्हां दी इनफॉर्मेशन नहीं पहुंची। लेकिन मीडिया वो इनफॉर्मेशन नू, अद्धी इनफॉर्मेशन नू अपने हक च तोड़ मरोड़ के जिहड़ा एक एक पासे फेवर दिंदा, जिहड़ा मीडिया, मैं उस मीडिया की गल करदा, वह मीडिया उन्हों बधा चढ़ा के फिश करता है कि किसान हुण सख्ते च आ गए, सुप्रीम कोर्ट हुण सख्त हो गई। हाले पता नहीं सुप्रीम कोर्ट की करूगी, की नहीं सख्त होगी या नहीं होगी, हाले सानू कुछ नहीं पता। हाँ, उस गल च सुप्रीम कोर्ट ने जिहड़ा वो कमेंट किया है कि हुण किसान शहर का गला कुटणगे, परंतु जे उत्थे इन्हां दी दलील जदों जाऊगी, मैनू नहीं लगता कि सुप्रीम कोर्ट नूं जरूर विचारना पऊगा जदों ये दलील सच जाऊगी। किसान जिहड़ी धिर है, अंदोलनकारी धिर है, इन्हां दे वकील वल्लों ये पक्ष जाऊगा कि असीं तां रोके ही नहीं हैगा, असीं तां रोके नहीं, बल्कि सानूं रोकिया गया। ठीक है कि नहीं? शायद सुप्रीम कोर्ट का जिहड़ा व्यू कुछ होर होवे। सो इस करके दूसरा ये है कि सुप्रीम कोर्ट का कम है जिहड़ा ओहो जिहड़ा साडा दित्ता होया ऑलरेडी प्रवेल करता है, एग्जिस्ट करता है, होंद च है जिहड़ा कानून, उहनूं प्रोटेक्ट करना है। मैं कहना कि मानयोग सुप्रीम कोर्ट नूं मैं तां इही बेनती कर सकदा कि उन्होंने, मेरी तो यही बेनती है कि पहला कसवट्टी तो ये देख जिहड़ा ये कानून बनया कि संविधान के निजम तो प्रोसीजर की सीमा के बिच बनया, कोई सीमा तो बाहर जाके तो नहीं बनया। परंतु ये है भी लोग दूजे तरह करते हैं कि एक केस सुप्रीम कोर्ट से चैलेंज कर दो, जदों वो चैलेंज हो गया फिर वो तो बहाना ले लो कि जी ये तो केस कोर्ट है, कोर्ट के बिच है, इस करके ये सारे अंदोलन वगैरह वगैरह सब कुछ बंद कर दिता जाए। ये सरकार का एक पैंतड़ा है। दूसरा ये सरकार नूं सूट करता, वो जिथे कितने सरकार नूं नहीं सूट करता उत्थे सरकार भी बागी हो जाती है, सुप्रीम कोर्ट नूं भी नहीं पुछदी, वो फिर अपने हिसाब नाल चल पैंदी है, नवें कानून बना लैंदी है, सुप्रीम कोर्ट तो उपर हो के चेंज कर लैंदी है। सो इस करके देखो पंजाबी च एक कहावत है कि सख्ते दा सत्ती मीही सौ, जिहड़ा तकड़ा हुंदा ना लाठी वाले की बहस हुंदी है। सो इस करके सरकार की जिहड़ी धिर है हमेशा ही अंदोलनकारी धिर नालों तकड़ी हुंदी है। अंदोलनकारी धिर की जिहड़ी ताकत है वह जनता ते सच हुंदा है, सरकार की जिहड़ी धिर हुंदी है वह ताकत, बल, सेना, सारे बाकी अदारे, कानून ते बाकी सारे हरबे, मीडिया इनकलूडिंग, ओदी ताकत हुंदा है। सो इस तरह की ताकत वरतते हुए दोनों धिर अपना यतन कर रही ने, देखो रिजल्ट की आते हैं। बिल्कुल तालीवाल साहब, हम अगे अंदोलन आप किस रूपरेखा च देखिए, इन्हें घटनावां तों बाद हुण अंदोलन लगातार जारी है, तो अगे की पड़ा हो सकते हैं अंदोलन की, इन्हां सारे हमलों तों बाद अंदोलन का रूप की हो सकता? देखो अंदोलन के दे रूप जिहड़े नॉर्मली आपां दोए पासे देखते हैं कि अंदोलन सरकार ते शिकंजा कस रहा है जां सरकार अंदोलन ते शिकंजा कर रही है, कस रही है। जे तां अंदोलन की गिणती घटनी शुरू हो जाए फिर तो आपां ये अंदाजा लाइए कि हौली 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 किसानां ते दबाव बढ़ रहा है, तो जे दबाव इस तो बढ़ गया तो हो सकता है उन्होंने अंदोलन वापस लेना पाए, जां आपां कहीए कि अंदोलन दे विच बहुत होर तरह दीआं शक्तियां विच फस गईआं जिहदे करके उन्होंने इस अंदोलन नूं बिगाड़ देना है। मैनूं इह कहिण च कोई संकोच नहीं कि अंदोलन दे विच कई तरह दीआं विघटनकारी, जिहनूं असीं कहिंदे आ नुकसानदेह शक्तियां ने जिहड़ियां, उन्होंने समय समय से नुकसान करन दी कई तरीके नाल कोशिश की है, और वो कोशिश उस स्तर ते जिस ते सरकार करना चाहती सी उस लैवल ते कामयाब नहीं हुई। थोड़ा बहुत देखो मैं ये गल तो भी मुनक्कर नहीं हाँ कि अंदोलन में नुकसान नहीं होया, अंदोलन में उहदा थोड़ा बहुत नुकसान होया, पर समय समय से पिछले तीन चार वारी जदों जदों वड्डा हमला होया अंदोलन उचो होर तिखा होके निकलिया। तिखा होके क्यों निकलिया? क्योंकि किसानों ने इस अंदोलन दे विच कोई हल दी घड़ी अपना जाति सियासी एजेंडा ना लैके
ਕਿਸਾਨਾਂ ਦਾ ਏਜੰਡਾ ਰੱਖਿਆ। ਦੂਜਾ ਜਿਹੜਾ ਇਸ ਗੱਲ ਦੇ ਵਿੱਚ ਕਿਸਾਨ ਕਾਮਯਾਬ ਰਹੇ ਨੇ ਉਹ ਸੰਸਦ ਲਾਉਣ ਰਾਹੀਂ, ਹੋਰ ਕਈ ਤਰੀਕਿਆਂ ਨਾਲ ਜਿਹੜਾ ਉਹਨਾਂ ਨੇ ਪੈਰਲ ਸੋਸ਼ਲ ਮੀਡੀਆ ਖੜ੍ਹਾ ਕੀਤਾ ਉਹਦੇ ਨਾਲ ਇਹ ਸੁਨੇਹਾ ਦੇਣ 'ਚ ਕਿਸਾਨ ਹਾਲੇ ਤੱਕ ਇਕੱਲੇ ਹਿੰਦੁਸਤਾਨ 'ਚ ਨਹੀਂ ਦੁਨੀਆ ਭਰ 'ਚ ਕਾਮਯਾਬ ਰਹੇ ਨੇ ਕਿ ਇਹ ਜਿਹੜਾ ਸੰਕਟ ਹੈ ਇਹ ਇਕੱਲੇ ਕਿਸਾਨ ਦਾ ਨਹੀਂ, ਇਹ ਮਜ਼ਦੂਰ ਦਾ ਵੀ ਹੈ, ਇਹ ਛੋਟੇ ਵਪਾਰੀ ਦਾ ਵੀ ਹੈ, ਅਤੇ ਇਹ ਜਿਹੜੇ ਵੱਡੇ ਪੂੰਜੀਪਤੀਆਂ ਨੇ ਉਹਨਾਂ ਦੇ ਖਿਲਾਫ ਹੈ ਇਹ ਜਿਹੜਾ ਅੰਦੋਲਨ ਹੈ। ਅਤੇ ਉਹਨਾਂ ਕੋਲ ਬਹੁਤ ਸਾਰੇ ਸਾਧਨ ਨੇ, ਉਹਨਾਂ ਨੂੰ ਸਰਕਾਰਾਂ ਵੀ ਮਦਦ ਕਰਦੀਆਂ ਨੇ, ਸਰਕਾਰਾਂ ਉਹਨਾਂ ਤੋਂ ਫੰਡ ਲੈਂਦੀਆਂ ਨੇ। ਮੈਂ ਤੁਹਾਨੂੰ ਉਹਦੀ ਫਰੇਜ਼ ਦੱਸਦਾ, ਇੱਕ ਸਾਡੇ ਇੱਕ ਸ਼ਿਵਖੇੜਾ ਅੱਛਾ ਲਿਖਾਰੀ ਹੈ ਮੈਨੇਜਮੈਂਟ ਦਾ, ਜਿੱਤ ਸਕਦੇ ਹੋ ਯੂ ਕੈਨ ਵਿਨ ਉਹਨਾਂ ਦੀ, ਹਾਂ ਯੂ ਕੈਨ ਵਿਨ ਹੈ ਜਿਹੜਿਆਂ ਦੀ, ਉਹ ਇੱਕ ਥਾਂ ਲਿਖਦੇ ਨੇ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਅਮੀਰ ਆਦਮੀਆਂ ਤੋਂ ਪੈਸਾ ਲੈਂਦੀਆਂ ਨੇ ਅਤੇ ਉਹਨਾਂ ਨੂੰ ਭਰੋਸਾ ਦਿੰਦੀਆਂ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਗਰੀਬ ਤੁਹਾਡੇ 'ਤੇ ਹਮਲਾ ਨਾ ਕਰਨ, ਤੁਹਾਡਾ ਪੈਸਾ ਨਾ ਲੁੱਟਣ, ਇਹ ਉਹਨਾਂ ਨੂੰ ਵਚਨ ਦਿੰਦੀਆਂ ਨੇ। ਅਤੇ ਗਰੀਬਾਂ ਨੂੰ ਮਤਲਬ ਇਹ ਵਚਨ ਦਿੰਦੀਆਂ ਨੇ ਕਿ ਅਸੀਂ ਅਮੀਰਾਂ ਨੂੰ ਤੁਹਾਨੂੰ ਲੁੱਟਣ ਨਹੀਂ ਦੇਵਾਂਗੇ, ਉਹਨਾਂ ਕੋਲੋਂ ਵੋਟਾਂ ਲੈਂਦੀਆਂ ਨੇ, ਦਿੰਦੀਆਂ ਦੋਨਾਂ ਨੂੰ ਵਚਨ ਹੀ ਨੇ, ਵੈਸੇ ਕੁਛ ਨਹੀਂ ਦਿੰਦੀਆਂ, ਇੱਕ ਦੋਨਾਂ ਨੂੰ ਇੱਕ ਵਚਨ ਦੇ ਕੇ ਉਹ ਵਚਨ ਦੇ ਸਿਰ 'ਤੇ ਇੱਕ ਕੋਲੋਂ ਵੋਟਾਂ ਲੈਂਦੀਆਂ ਨੇ, ਇੱਕ ਕੋਲੋਂ ਪੈਸਾ ਲੈਂਦੀਆਂ ਨੇ ਅਤੇ ਰਾਜ ਸਰਕਾਰਾਂ ਕਰਦੀਆਂ ਨੇ। ਸੋ ਇਸ ਤਰ੍ਹਾਂ ਨਾ ਮੈਂ ਇਹ ਗੱਲ ਤੁਹਾਨੂੰ ਸੁਣਾਉਣ ਦਾ ਮਤਲਬ ਇਹੀ ਹੈ ਕਿ ਜਿਹੜੀ ਸਰਕਾਰੀ ਧਿਰ ਹੁੰਦੀ ਹੈ ਹਮੇਸ਼ਾ ਉਹ ਦੂਜੀ ਧਿਰ ਨਾਲੋਂ ਤਾਕਤਵਰ ਹੁੰਦੀ ਹੈ, ਉਹਨਾਂ ਕੋਲ ਤੇ ਅੰਦੋਲਨਕਾਰੀਆਂ ਕੋਲ ਤੇ ਇੱਕ ਜਨਤਕ ਦਵਾਈ ਹੁੰਦਾ ਅਤੇ ਇੱਕ ਸੱਚ ਹੁੰਦਾ। ਜੇ ਉਹ ਥੋੜ੍ਹੀ ਜਿਹੀ ਹਿੰਸਾ ਦੇ ਵਿੱਚ ਫਸ ਗਏ ਇਹਨਾਂ ਨੇ ਦੋ ਮਿੰਟਾਂ 'ਚ ਅੰਦੋਲਨ ਕੁਚਲ ਦੇਣਾ, ਇਹਨਾਂ ਨੂੰ ਤਾਕਤ ਮਿਲ ਜਾਣੀ ਹੈ ਉਹਦੇ। ਸੋ ਇਸ ਤਰ੍ਹਾਂ ਦੀ ਗੱਲ ਹੈ। ਹਾਲੇ ਤੱਕ ਮੈਂ ਇਹ ਕਹਾਂ ਕਿ ਬਹੁਤ ਹੀ ਕਾਮਯਾਬੀ ਨਾਲ ਬਹੁਤ ਹੀ ਸਿਆਣਪ ਨਾਲ ਅੰਦੋਲਨ ਚਲਾਇਆ। ਜਿਵੇਂ ਮੈਂ ਕਿਸਾਨ ਆਗੂਆਂ ਨੇ ਤੁਸੀਂ ਸਿਆਣਪ ਦਾ ਜ਼ਿਕਰ ਕੀਤਾ, ਬਿਲਕੁਲ ਜਿੰਨੀ ਸਿਆਣਪ ਦੇ ਨਾਲ ਹੈਂਡਲ ਕੀਤਾ ਸਭ ਕੁਛ, ਜਿੰਨੇ ਹਮਲੇ ਝੱਲੇ ਨੇ 26 ਜਨਵਰੀ ਵਾਲਾ, ਉਸ ਤੋਂ ਬਾਅਦ ਜਿੰਨੀਆਂ ਕਿਸਾਨ ਮਹਾਂਪੰਚਾਇਤਾਂ ਹੋਈਆਂ ਨੇ, ਹਾਲਾਂਕਿ ਹਰਿਆਣਾ ਦੇ ਵਿੱਚ ਕਰਨਾਲ ਦੇ ਵਿੱਚ ਕਿਸਾਨਾਂ ਦੇ ਟੋਲ ਪਲਾਜ਼ੇ ਦੇ ਸਿਰ ਪਾੜ ਦਿੱਤੇ ਗਏ ਸੀ, ਉਸ ਤੋਂ ਬਾਅਦ ਜੋ ਕਿਸਾਨ ਆਗੂਆਂ ਨੇ ਜਿਵੇਂ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ, ਪਰ ਦੂਜੇ ਪਾਸੇ ਕੁਝ ਲੋਕ ਹੈਗੇ ਨੇ ਜਿਵੇਂ ਆਪਾਂ ਨੇ ਜ਼ਿਕਰ ਕਰਦੇ ਹਾਂ ਕਿ ਵੀ ਹਮਲੇ ਕਰਦੇ ਨੇ, ਕਰਦਾਰ ਕੁਛ ਹੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਹਿੰਦੇ ਨੇ ਇਹ ਦਾਗੀ ਨੇ, ਕਰਦਾਰ ਦਾਗੀ ਨੇ, ਉਹ ਫਿਰ ਆਪਣਾ ਨਿੱਜੀ ਵਫਾ ਦੇ ਲੈਣਾ ਚਾਹੁੰਦੇ ਨੇ, ਕਿਉਂਕਿ ਸਰਕਾਰਾਂ ਨਾਲ ਜਾਂ ਆਪਾਂ ਕਹਿ ਸਕਦੇ ਆਪਾਂ ਜਾਣੇ ਅਣਜਾਣੇ ਤਾਂ ਪਰ ਸਰਕਾਰਾਂ ਦਾ ਹੀ ਕੰਮ ਕਰ ਰਹੇ ਨੇ ਨਾ ਆਪਣੇ ਹੀ ਲੋਕ। ਬਿਲਕੁਲ ਬਿਲਕੁਲ, ਜਿਹੜੇ ਰਾਜਨੀਤਿਕ ਲੋਕ ਨੇ ਰਾਜਨੀਤਿਕ ਫਾਇਦੇ ਲੈਣੇ ਚਾਹੁੰਦੇ ਨੇ। ਦੇਖੋ ਸਰਕਾਰਾਂ ਕੋਲ ਗੁੰਡੇ ਵੀ ਹੁੰਦੇ ਨੇ, ਸਰਕਾਰਾਂ ਕੋਲ ਪੈਸੇ ਵਾਲੇ ਵੀ ਹੁੰਦੇ ਨੇ, ਸਰਕਾਰਾਂ ਕੋਲ ਪੁਲਿਸ ਵੀ ਹੁੰਦੀ ਹੈ, ਸਰਕਾਰਾਂ ਕੋਲ ਤਰ੍ਹਾਂ ਤਰ੍ਹਾਂ ਦੀਆਂ ਵਰਦੀਆਂ ਦੇ ਵਿੱਚ ਹੋਰ ਤਰ੍ਹਾਂ ਦੀਆਂ ਬੰਦੇ ਵੀ ਹੁੰਦੇ ਨੇ, ਕਈ 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 ਸਾਰੇ ਬੰਦੇ ਜਿਵੇਂ ਆਪਾਂ ਪਿਛਲੇ ਸਮੇਂ 'ਚ ਚਰਚਾ ਸੁਣਦੇ ਰਹੇ ਹਾਂ, ਸਿੱਖਾਂ ਦਾ ਡਰੈਸ ਪਾ ਕੇ RSS ਵਾਲੇ ਚਲੇ ਜਾਂਦੇ ਨੇ, RSS ਵਾਲੇ ਪੁਲਿਸ ਦੀ ਵਰਦੀ 'ਚ ਪਕੜੇ ਜਾਂਦੇ ਨੇ, ਮਤਲਬ ਉਹ ਇਸ ਤਰ੍ਹਾਂ ਦੇ ਹਰਬੇ ਵੀ ਸਰਕਾਰਾਂ ਸਾਰੇ ਵਰਤਦੀਆਂ ਨੇ। ਆਹ ਹੁਣ ਤੁਸੀਂ ਜਿਹੜਾ ਪਿੱਛੇ ਜਿਹੜੀ ਘਟਨਾ ਹੋਈ ਆ ਨਿਹੰਗ ਸਿੰਘ ਵਾਲੀ, ਇਸ ਘਟਨਾ ਦੇ ਜਦੋਂ ਹੀ ਪੇਚ ਖੁੱਲ੍ਹਣ ਲੱਗੇ ਨੇ, ਪਰਦੇ ਖੁੱਲ੍ਹਣ ਲੱਗੇ ਨੇ, ਅਤੇ ਉਹਦੇ ਸਾਹਮਣੇ ਦੇਖੋ ਨਾ ਕਿੱਦਾਂ ਦੇ ਕਿਰਦਾਰ ਆਏ ਨੇ। ਦੇਖੋ ਮੈਂ ਇਹ ਨਹੀਂ ਕਹਿੰਦਾ ਬਿਨਾਂ ਸੋਚੇ ਸਮਝੇ ਕਿਸੇ 'ਤੇ ਦੋਸ਼ ਲਾਉਣਾ ਔਖਾ ਹੈ, ਪਰੰਤੂ ਸ਼ੱਕ ਕਰਨ ਯੋਗੀ ਸਮੱਗਰੀ ਹੈ ਜਿਹੜੀ, ਉਸ ਤੋਂ ਕਿਤੇ ਜ਼ਿਆਦਾ ਸਮੱਗਰੀ ਸਾਡੇ ਸਾਹਮਣੇ ਆ ਚੁੱਕੀ ਹੈ, ਜਿਹਦੇ ਵਿੱਚੋਂ ਉਹ ਸਾਰਾ ਕੁਛ ਸ਼ੱਕੀ ਬਣਦਾ ਕਿ ਇਹ ਲੱਗ ਰਿਹਾ ਕਿ ਜਿਹੜਾ ਬਾਬਾ ਅਮਨ ਸਿੰਘ ਹੈ ਉਹ ਉੱਥੇ ਖਾਣਾ ਖਾ ਰਿਹਾ ਜੀ। ਉਹ ਉਹਨਾਂ ਦੀਆਂ ਸਟੇਟਮੈਂਟਸ ਆ ਰਹੀਆਂ ਨੇ, ਉਹ ਪਿੰਕੀ ਜਿਹੜੇ ਹੈਗੇ ਪੁਲਿਸ ਵਾਲੇ ਜਿਹੜੇ ਬਹੁਤ ਹੀ ਸ਼ੱਕੀ ਅਫਸਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਦੋਸ਼ ਉਹਨਾਂ ਦੇ ਲੱਗੇ ਨੇ। ਉਹ ਪਿੰਕੀ ਕਹਿ ਰਹੇ ਨੇ ਕਿ ਜੀ ਮੈਂ ਬਾਬੇ ਨੂੰ ਲੈ ਕੇ ਗਿਆ ਸੀ, ਬਾਬਾ ਕਹਿੰਦਾ ਅਸੀਂ ਆਪਦੇ ਇੰਨੇ ਬੰਦੇ, ਅਸੀਂ ਤਾਂ 10 ਬੰਦੇ ਗਏ ਸੀ। ਜਿਹੜੇ ਉਹਨਾਂ ਦੇ ਬਿਆਨ ਨੇ ਉਹਨਾਂ 'ਚ ਵੀ ਇੰਨੇ ਡਿਫਰੈਂਸਿਸ ਮਤਭੇਦ ਆ ਰਹੇ ਨੇ ਜਿਨ੍ਹਾਂ ਵਿੱਚੋਂ ਆਮ ਵਿਅਕਤੀ ਇਹ ਅੰਦਾਜ਼ਾ ਲਗਾ ਸਕਦਾ ਵੀ ਇਹ ਸੱਚ ਨਹੀਂ ਹੈਗੇ। ਸੱਚ ਕੀ ਹੈ ਇਹ ਕਹਿਣਾ ਔਖਾ ਹੈ, ਪਰ ਘੱਟੋ ਘੱਟ ਜੋ ਕੁਛ ਉਹ ਬੋਲ ਰਹੇ ਨੇ ਇਹ ਕਲੀਅਰ ਸਾਫ਼ ਹੋ ਰਿਹਾ ਕਿ ਉਹ ਸੱਚ ਨਹੀਂ ਹੈਗਾ। ਸੋ ਇਸ ਕਰਕੇ ਸਰਕਾਰਾਂ ਸਮੇਂ ਸਮੇਂ ਦੇ ਭੰਗੂ ਸਾਹਿਬ ਬਹੁਤ ਕੁਛ ਵਰਤਦੀਆਂ ਨੇ। ਪਰੰਤੂ ਮੈਂ ਫਿਰ ਕਹਿਣਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਕਿ ਕਿਸਾਨਾਂ 'ਤੇ ਵਿਅਕਤੀਗਤ ਤੌਰ 'ਤੇ ਬਹੁਤ ਸਾਰੇ ਦੋਸ਼ ਲੱਗ ਸਕਦੇ ਨੇ, ਹੋ ਸਕਦੇ ਨੇ, ਮੈਨੂੰ ਜੋ ਮੇਰੀ ਜੱਜਮੈਂਟ ਆ ਉਹਦੇ ਵਿੱਚ ਇਹ ਹੈ ਕਿ ਸਰਕਾਰ ਨੇ ਸ਼ੁਰੂ ਤੋਂ ਜਦੋਂ ਆਪਣਾ ਪ੍ਰੋਗਰਾਮ ਸਟਾਰਟ ਕੀਤਾ ਇਹਨਾਂ 'ਤੇ ਹਮਲੇ ਕਰਨ ਦਾ, ਉਹਨਾਂ ਹਮਲਿਆਂ ਦੇ ਵਿੱਚ ਮੈਨੂੰ ਇਹ ਲੱਗਿਆ ਕਿ ਸਰਕਾਰ ਨੂੰ ਸ਼ਾਇਦ ਇੱਕ ਸ਼ੁਰੂ 'ਤੇ ਇਹ ਭਰਮ ਸੀ, ਮੈਂ ਦੋਸ਼ ਨਹੀਂ ਲਾਉਂਦਾ, ਮੈਂ ਤੁਹਾਨੂੰ ਇਹ ਦੱਸਦਾ ਵੀ ਜਿੱਥੇ ਜਿੱਥੇ ਸ਼ੱਕ ਦੀ ਗੁੰਜਾਇਸ਼ ਆਪਾਂ ਉਹਦਾ ਅਨੈਲਿਸਿਸ ਕਰ ਲਈਏ। ਇੱਕ ਅੰਦੋਲਨ ਜਿਹੜਾ ਸੰਯੁਕਤ ਮੋਰਚੇ ਦਾ ਸ਼ੁਰੂ ਹੋ ਗਿਆ ਉਹਦੇ ਪਰਲੇ ਪਾਸੇ ਇੱਕ ਸਟੇਜ ਲੱਗ ਜਾਂਦੀ ਹੈ, ਉਹ ਦੋ ਕਿਸਾਨੀ ਜਥੇਬੰਦੀਆਂ
ਕਲੇਮ ਕਰਦੀਆਂ ਨੇ ਕਿ ਸਾਡੀ ਸਟੇਜ ਹੈ, ਪ੍ਰੋਗਰਾਮ ਸਾਡਾ ਸਾਂਝਾ ਹੈ। ਉਹਨਾਂ ਹੀ ਜਥੇਬੰਦੀਆਂ ਨਾਲ ਨਿਹੰਗ ਸਿੰਘ ਜਾਂਦੇ ਨੇ, ਉਹਨਾਂ ਹੀ ਜਥੇਬੰਦੀਆਂ 'ਤੇ ਪਹਿਲਾਂ ਰੌਲਾ ਪੈਂਦਾ ਹੈ, ਉਹਨਾਂ 'ਤੇ ਹੀ ਰੋੜੇ ਵੱਜਦੇ ਨੇ, ਉਹਨਾਂ 'ਤੇ ਕਈ ਕਿਸਮ ਦਾ ਉਦੋਂ ਵੀ ਇਹ ਲੱਗਿਆ ਸੀ ਦੋਸ਼ ਵੀ ਸ਼ਾਇਦ ਇਹ ਇਨਫੋਰਮਰ ਨੇ, ਉਹਨਾਂ ਨੇ ਹੀ ਲਾਲ ਕਿਲੇ ਦਾ ਪ੍ਰੋਗਰਾਮ ਦਿੱਤਾ। ਸੋ ਇਸ ਕਿਸਮ ਨਾਲ, ਲੇਕਿਨ ਉੱਥੋਂ ਹਟਾਏ ਵੀ ਨਹੀਂ ਜਾਂਦੇ, ਉਹ ਹਟਦੇ ਵੀ ਨਹੀਂ, ਉਹ ਸੰਯੁਕਤ ਮੋਰਚੇ ਨਾਲ ਵੀ ਨਹੀਂ ਚੱਲਦੇ, ਪੈਰਲਲ ਵੀ ਚੱਲਦੇ ਨੇ। ਲੇਕਿਨ ਉਹ ਉਹਦੇ ਵਿੱਚ ਇੱਕ ਜਿਹੜੀ ਖਾਸ ਖੂਬੀ ਇਹ ਰਹੀ ਕਿ ਕਿਸਾਨਾਂ ਦਾ ਐਡਾ ਵੱਡਾ ਇਕੱਠ ਹੈ, ਉਹ ਉਹਨਾਂ ਨੂੰ ਖਦੇੜਨ ਦੀ ਸਮਰੱਥਾ ਰੱਖਦੇ ਨੇ, ਪਰ ਕਿਸਾਨਾਂ ਨੇ ਬੜੀ ਸਿਆਣਪ ਨਾਲ ਵੀ ਨਹੀਂ, ਉਹ ਜੋ ਮਰਜ਼ੀ ਕਰਨ, ਉਹ ਆਪਦਾ ਉਹਨਾਂ ਦਾ ਪ੍ਰੋਗਰਾਮ ਹੈ, ਅਸੀਂ ਉਹਨਾਂ ਨਾਲ ਲੜਾਈ ਨਹੀਂ ਕਰਨੀ, ਅਸੀਂ ਉਹਨਾਂ ਨਾਲ ਕਿਤੇ ਵੀ ਅਹਿੰਸਾ ਨਹੀਂ ਹੋਣ ਦੇਣੀ, ਅਸੀਂ ਇਹ ਨਹੀਂ ਦਿਖਾਉਣਾ ਕਿ ਸਾਡੀ ਇਹਨਾਂ ਨਾਲ ਲੜਾਈ ਹੈ, ਸਾਡੀ ਲੜਾਈ ਤਾਂ ਮੁੱਦਿਆਂ ਦੀ ਹੈ, ਬੰਦਿਆਂ ਨਾਲ ਤਾਂ ਸਾਡੀ ਲੜਾਈ ਨਹੀਂ। ਉਸ ਇਸ਼ੂ 'ਤੇ ਜਿਹੜੇ ਕਿਸਾਨ ਜੇਤੂ ਰਹੇ ਨੇ, ਉਹੀ ਸਰਕਾਰ ਨੂੰ ਹਜ਼ਮ ਨਹੀਂ ਹੁੰਦਾ। ਮੇਰੇ ਮੁਤਾਬਕ ਇਹ ਹੈ ਕਿ ਸ਼ੁਰੂ ਤੋਂ ਸਰਕਾਰ ਨੂੰ ਇੱਕ ਭਰਮ ਰਿਹਾ ਜਿਹਦੇ ਕਰਕੇ ਉਹ ਮੰਨੀ ਨਹੀਂ, ਕਿਉਂਕਿ ਜਦੋਂ ਆਪਾਂ ਲੜਦੇ ਹਾਂ ਨਾ, ਉਦੋਂ ਦੋਨਾਂ ਹੀ ਧਿਰਾਂ ਆਪੋ ਆਪਣੀ ਤਾਕਤ ਸੈੱਸ ਕਰਕੇ ਲੜਦੀਆਂ ਨੇ। ਕਿਸਾਨਾਂ ਨੂੰ ਤਾਂ ਆਪਦੀ ਤਾਕਤ 'ਤੇ ਮਾਣ ਹੈ ਕਿ ਸਾਡੇ ਨਾਲ ਲੋਕ ਨੇ, ਪਰੰਤੂ ਸਰਕਾਰ ਨੂੰ ਇਸ ਗੱਲ 'ਤੇ ਮਾਣ ਸੀ ਕਿ ਅਸੀਂ ਇਹਨਾਂ ਨੂੰ ਦੁਫੇੜ ਪਾ ਕੇ ਫਾੜ ਦਿਆਂਗੇ, ਅਤੇ ਉਹ 'ਚੋਂ ਅੱਧੇ ਆਪਸ ਵਿੱਚ ਲੜ ਪੈਣਗੇ ਉਹ। ਅਤੇ ਦੂਜਾ ਵਾਰ ਵਾਰ ਇਹ ਕਹਿੰਦੇ ਨੇ ਕਿ ਜੀ ਇਹ 34 ਜਥੇਬੰਦੀਆਂ, ਇਹ 45 ਜਥੇਬੰਦੀਆਂ, 100 ਜਥੇਬੰਦੀਆਂ ਹਿੰਦੁਸਤਾਨ ਲੈਵਲ 'ਤੇ, ਇਹ ਇਕੱਠੀਆਂ ਰਹਿ ਨਹੀਂ ਸਕਣਗੀਆਂ। ਸਰਕਾਰ ਨੂੰ ਇਹ ਇੱਕ ਬਹੁਤ ਵੱਡਾ ਭਰਮ ਸੀ, ਪਰੰਤੂ ਉਹਨਾਂ ਨੇ ਇੰਨੀ ਆਪਣੀ ਸਿਆਣਪ ਨਾਲ ਜਿਹੜੀ ਏਕਤਾ ਦਿਖਾਈ ਹੈ, ਉਹਦੇ ਕਰਕੇ ਅੰਦੋਲਨ ਕਾਮਯਾਬ ਹੈ। ਸੋ ਦੋਨੇ ਧਿਰਾਂ ਦਾ ਜ਼ੋਰ ਲੱਗਿਆ ਭਾਈ, ਇਹ ਹੈ ਵੀ ਕਿਸਾਨਾਂ ਨੇ ਆਪਣੀ ਜਿਹੜੀ ਤਾਕਤ ਹੈ, ਏਕਤਾ ਅਤੇ ਸੱਚ ਦਾ ਰਾਹ ਫੜਿਆ ਹੋਇਆ, ਅਹਿੰਸਾ ਦਾ ਰਾਹ ਫੜਿਆ ਹੋਇਆ, ਅਤੇ ਸਰਕਾਰ ਨੇ ਆਪਦਾ ਜਿਹੜਾ ਸਰਕਾਰੀ ਰਾਹ ਸ਼ੁਰੂ ਤੋਂ ਸਰਕਾਰ ਨੂੰ ਫੜਦੀਆਂ ਆਈਆਂ ਨੇ। ਇਹ ਕੋਈ ਬਹੁਤ ਨਵੀਂ ਗੱਲ ਨਹੀਂ, ਉਹ ਸਾਧੂਆਂ ਸੰਤਾਂ ਨੂੰ ਵੀ ਕੁੱਟਮਾਰ ਕਰ ਲੈਂਦੀਆਂ ਨੇ, ਅਤੇ ਪਖੰਡੀ ਸਾਧਾਂ ਦੀ ਮਦਦ ਵੀ ਕਰ ਦਿੰਦੀਆਂ ਨੇ, ਸਰਕਾਰਾਂ ਦੋਨੇ ਪਾਸੇ ਪਲਟੀ ਮਾਰ ਲੈਂਦੀਆਂ ਨੇ। ਸੋ ਇਸ ਕਰਕੇ ਕਿਸਾਨਾਂ, ਲੇਕਿਨ ਫਿਰ ਮੈਂ ਕਹਿੰਦਾ ਦੁਬਾਰਾ ਕਿ ਇਸ ਦਾ ਜਿਹੜਾ ਜ਼ਿਆਦਾ ਪ੍ਰੈਸ਼ਰ ਹੈ ਉਹ ਅੰਦੋਲਨਕਾਰੀਆਂ 'ਤੇ ਹੈ, ਉਹਨਾਂ ਨੂੰ ਆਪਣਾ ਸੱਚ ਦਾ ਪੱਲਾ ਅਤੇ ਅਹਿੰਸਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਔਰ ਹੁਣ ਤੱਕ ਇਹ ਅੰਦੋਲਨ ਬਹੁਤ ਹੀ ਸਫਲਤਾਪੂਰਵਕ ਚੱਲਿਆ, ਜਦੋਂ ਕਿ ਹਮਲੇ ਬਹੁਤ ਵੱਡੇ ਵੱਡੇ ਹੋਏ ਨੇ। ਦੇਖੋ ਜਿਹੜਾ ਆਹ ਸੀ ਨਾ ਲਖੀਮਪੁਰ ਖੀਰੀ ਵਾਲਾ, ਇਹਦੇ ਵਿੱਚ ਜਿਹੜੇ ਲੋਕਾਂ ਦੇ ਉਹ ਜਿਹੜੇ ਬੰਦਿਆਂ ਦੀ ਜਾਨ ਦੀ ਨੁਕਸਾਨ ਹੋਇਆ, ਉਹ ਬੰਦਿਆਂ ਨੇ ਬੜੇ ਸੋਹਣੇ ਸਟੈਂਡ ਲਏ, ਉਹਨਾਂ ਨੇ ਸਰਕਾਰ ਨੂੰ ਛੰਡ ਕੇ ਰੱਖਤਾ। ਅਤੇ ਉਸ ਤੋਂ ਬਿਨਾਂ ਅਨਹਿੰਗ ਸਿੰਘਾਂ ਵਾਲੀ ਗੱਲ ਹੋਈ, ਇਹਦੇ ਵਿੱਚ ਕਿਸਾਨੀ ਮੋਰਚੇ ਨੇ ਤੁਰੰਤ ਇੱਕ ਸਟੈਂਡ ਲਿਆ ਕਿ ਇਹਦੀ ਵੱਡੀ ਜਾਂਚ ਕਰਾਈ ਜਾਵੇ, ਅਤੇ ਅਸੀਂ ਜਾਂਚ ਦਾ ਉਹ ਮਤਲਬ ਸਹਿਯੋਗ ਦੇਣ ਨੂੰ ਤਿਆਰ ਹਾਂ ਜੀ। ਦੇਖੋ ਇੱਕ ਗੱਲ ਤਾਂ ਸਮਝ ਆਉਂਦੀ ਹੈ ਨਾ, ਮੈਂ ਨਹੀਂ ਕਹਿੰਦਾ ਹਾਲ ਦੀ ਘੜੀ ਆਪਾਂ ਅੰਦਾਜ਼ੇ ਲਾਈਏ ਜੋ ਕੁਛ ਸੱਚ ਨਿਕਲੂਗਾ ਜਾਂਚ ਹੋਵੇ। ਮੰਨ ਲਓ ਆਪਾਂ ਮੰਨ ਲੈਂਦੇ ਹਾਂ ਨਿਹੰਗ ਸਿੰਘ ਕਹਿੰਦੇ ਨੇ ਕਿ ਉਹਨੇ ਬੇਅਦਬੀ ਕੀਤੀ, ਉਹਨਾਂ ਨੇ ਉਹ ਬੰਦਾ ਤੈਸ਼ ਝਾ ਕੇ ਕਿਸੇ ਵੀ ਵਿਅਕਤੀ ਨੇ ਹਮਲਾ ਕੀਤਾ ਮਾਰਤਾ, ਪਰ ਉਹਨੂੰ ਸੰਯੁਕਤ ਮੋਰਚੇ 'ਤੇ ਲਿਆ ਕੇ ਟੰਗਣਾ ਤਾਂ ਕੁਛ ਲੱਗਦਾ ਨਾ ਕਿ ਸਾਜਿਸ਼ ਹੈ, ਮਤਲਬ ਉਹਨੂੰ ਜੇ ਮਾਰਤਾ ਤਾਂ ਮਾਰਤਾ, ਚਲੋ ਮਤਲਬ ਉਹਨੂੰ ਉੱਥੇ ਲਿਆ ਕੇ ਟੰਗਣਾ, ਇਹ ਕੁਛ ਸੰਕੇਤ ਦਿੰਦਾ ਵੀ ਇਹਦੇ ਪਿੱਛੇ ਜ਼ਰੂਰ ਕੋਈ ਸਾਜਿਸ਼ ਹੈ ਤਾਂ ਕਿ ਇਹਨੂੰ ਬਦਨਾਮ ਕੀਤਾ ਜਾਵੇ। ਬਿਲਕੁਲ। ਸੋ ਇਸ ਕਰਕੇ ਇਹ ਜਿਹੜੀਆਂ ਸਾਜਿਸ਼ਾਂ ਨੇ ਇਹ ਨੰਗੀਆਂ ਵੀ ਹੋ ਰਹੀਆਂ ਨੇ, ਹੁਣ ਸਾਨੂੰ ਸਮਝ ਵੀ ਆ ਰਹੀ ਹੈ। ਮੈਂ ਨਹੀਂ ਕਹਿੰਦਾ ਇਹ ਲੱਭਣਾ ਔਖਾ, ਸਰਕਾਰ ਦਾ ਕੰਮ ਹੈ ਲੱਭੇ। ਇੱਕ ਸਧਾਰਨ ਵਿਅਕਤੀ, ਨਸ਼ੇੜੀ ਵਿਅਕਤੀ, ਉਹਨੂੰ ਉੱਥੇ ਕੌਣ ਲੈ ਕੇ ਗਿਆ, ਕਿਵੇਂ ਗਿਆ? ਅੱਛਾ ਜੇ ਸਰਕਾਰ ਜਾਂਚ ਕਰਨਾ ਚਾਹੇ ਉਹ ਬੜੀ ਆਰਾਮ ਨਾਲ ਸਕਦੀ ਹੈ, ਅੱਜ ਕੱਲ੍ਹ ਤਾਂ ਫੋਨ ਕਾਲਾਂ 'ਚੋਂ ਫਟਾਫਟ ਤੁਹਾਨੂੰ ਸੰਕੇਤ ਮਿਲ ਜਾਂਦੇ ਨੇ ਕਿ ਬੰਦੇ ਦਾ ਤਾਲਮੇਲ ਕਿਹਦੇ ਨਾਲ ਸੀ, ਉਹਨੂੰ ਜਨਤਕ ਕਰ ਦਿਓ, ਸਾਰਾ ਕੁਛ ਸਾਹਮਣੇ ਆ ਜਾਏਗਾ। ਪਰੰਤੂ ਸਰਕਾਰ ਲਿਮਿਟਡ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਦੇਵੇਗੀ, ਜਿਹੜੀ ਉਹਨੂੰ ਸੂਟ ਕਰਦੀ ਹੈ, ਜਿਹੜੀ ਉਹਨੂੰ ਚੰਗੀ ਲੱਗਦੀ ਹੈ, ਉਹ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਆਊਗੀ। ਜੇ ਨਹੀਂ ਉਹਨੂੰ ਨਹੀਂ ਚੰਗੀ ਲੱਗਦੀ, ਉਹਦੇ ਵਿਰੁੱਧ ਜਾਂਦੀ ਹੈ, ਉਹ ਪਬਲਿਕ ਡੋਮੇਨ 'ਚ ਬਿਲਕੁਲ ਨਹੀਂ ਆਊਗੀ। ਬਿਲਕੁਲ ਧਾਲੀਵਾਲ ਸਾਹਿਬ, ਉਹ ਫਿਰ ਜੋ ਸਰਕਾਰ ਨੂੰ ਸੂਟ ਕਰਦਾ ਸਰਕਾਰ ਉਹੀ ਕੰਮ ਕਰਦੀ ਹੈ। ਬਿਲਕੁਲ ਜੀ, ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਜੀ ਬਹੁਤ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਕਿਸਾਨ ਆਗੂਆਂ ਤੋਂ ਜੋ ਸਵਾਲ ਚੁੱਕੇ ਜਾ ਰਹੇ ਸੀ, ਉਹਨੂੰ ਤੁਸੀਂ ਬੜੇ ਇੱਕ ਸਨੈਰੀਓ
ਉਹ ਸਮਝ ਹੈ ਕਿ ਕਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਰਕਾਰਾਂ ਕਿਵੇਂ ਆਪਣੀ ਚਾਲਾਂ ਚੱਲਦੀਆਂ ਨੇ, ਸਰਕਾਰਾਂ ਨੂੰ ਫਾਇਦਾ ਕੀ ਹੁੰਦਾ, ਸਰਕਾਰਾਂ ਚਾਹੁੰਦੀਆਂ ਕਿਸਾਨੀ ਅੰਦੋਲਨ ਕਿਸੇ ਤਰੀਕੇ ਨਾਲ ਫੇਲ ਹੋਵੇ, ਕਿਸਾਨ ਘਰਾਂ ਨੂੰ ਮੁੜ ਜਾਣ, ਜਦੋਂ ਕਿ ਕਿਸਾਨ ਅੰਦੋਲਨ ਲਗਾਤਾਰ ਇੱਕ ਸਾਲ ਤੋਂ ਆਪਣੇ ਮੰਗਾਂ ਨੂੰ ਲੈ ਕੇ ਨਿਰੰਤਰ ਦਿੱਲੀ ਦੇ ਬਾਰਡਰਾਂ ਉੱਤੇ ਜਾਰੀ ਹੈ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ 'ਤੇ। ਧੰਨਵਾਦ।